ਇਹ 1765 ਬਿਕਰਮੀ ਵਿੱਚ ਇਹ ਕਾਰਨ ਕੀਤਾ। ਇਉਂ ਜੋਤੀ ਜੋਤ ਮਹਾਰਾਜ ਸਾਹਿਬ ਕੱਤਕ ਸੁਦੀ ਪੰਚਮੀ ਨੂੰ ਵੀਰਵਾਰ ਦਿਨ ਸੀ, ਅੱਜ ਵੀ ਵੀਰਵਾਰ ਦਿਨ ਹੈ। ਇਸ ਦਿਨ ਗੁਰੂ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਏ ਸਨ। ਐਤਵਾਰ ਨੂੰ ਗੁਰੂ ਸਾਹਿਬ ਪ੍ਰਗਟ ਹੋਏ ਸਨ। ਪੋਹ ਸੁਦੀ ਸੱਤਵੀਂ ਤਿਸ਼ਟਾ ਖਾਦ ਐਤਵਾਰ ਪ੍ਰਗਟੇ ਗੋਬਿੰਦ ਸਿੰਘ ਪਟਣੇ ਨਗਰ ਮੈਂ। ਐਤਵਾਰ ਵਾਲੇ ਦਿਨ ਅਵਤਾਰ ਧਾਰਿਆ ਸੀ ਅਤੇ ਵੀਰਵਾਰ ਵਾਲੇ ਦਿਨ ਮਹਾਰਾਜ ਜੋਤੀ ਜੋਤ ਸਮਾਏ। ਜਿਸ ਵਕਤ ਅੰਗਰੇਜ਼ ਆਏ ਹਨ, ਉਸ ਵਕਤ ਅੰਗਰੇਜ਼ਾਂ ਨੂੰ ਮਹਾਰਾਜ ਰਣਜੀਤ ਸਿੰਘ ਨੂੰ ਕਿਹਾ ਕਿ ਅਸੀਂ ਉਹ ਗੁਰਦੁਆਰਾ ਬਣਾਉਣਾ ਹੈ। ਮਹਾਰਾਜ ਨੇ ਕਿਹਾ ਕੁਲਾਂ ਕਿਹੜੀਆਂ ਰਹਿੰਦੀਆਂ ਕਿਸੇ ਦੀਆਂ, ਤੁਹਾਥੋਂ ਮੈਂ ਕਿਉਂ ਸੇਵਾ ਕਰਾਵਾਂ। ਮੈਂ ਜਿੱਥੇ ਹੋਰ ਗੁਰਦੁਆਰਿਆਂ ਦੀ ਸੇਵਾ ਕੀਤੀ ਹੈ, ਮੈਂ ਹੀ ਗੁਰੂ ਸਾਹਿਬ ਦੇ ਸਥਾਨ ਦੀ ਸੇਵਾ ਕਰਾਂਗਾ। ਭਾਵੇਂ ਕੁਲ ਕਿਹੜੀ ਸਦਾ ਕਿਸੇ ਦੀ ਰਹਿਣੀ ਹੈ ਨਾ ਰਹੇ। ਅਗਨੀ ਲਾਗੀ ਤੋਂ ਸਾਧ ਸੰਗਤ ਜੀ, ਉਹ ਸਾਰੀ ਜਿਹੜੀ ਅੱਗ ਸੀ ਉਹ ਚਿਖਾ ਸੜ ਕੇ ਸਵਾਹ ਹੋ ਗਈ ਅਤੇ ਮਹਾਰਾਜ ਇੱਕ ਵੀ ਰੋਮ ਨੂੰ ਸੇਕ ਨਹੀਂ ਲੱਗਾ। ਉਸੇ ਤਰ੍ਹਾਂ ਬੈਠੇ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਉਹ ਕਮੈਦ ਘੋੜਾ ਸੀ ਜਿਹਦੇ ਘੋੜੇ ਦੇ ਅੰਦਰ ਕਾਲੇ ਰੰਗ ਦਾ ਭਾਅ ਪੈਂਦਾ ਸੀ, ਇਹੋ ਜਿਹਾ ਘੋੜੇ ਜਿਹੜਾ ਸੀਗਾ ਅਲੋਪ ਹੋ ਗਿਆ ਤਵੇਲੇ ਦੇ ਵਿੱਚੋਂ। ਸਤਿਗੁਰੂ ਜੀ ਸਾਜੀ ਨਵਾਜ ਜੀ, ਗੁਰੂ ਖਾਲਸਾ ਸਾਧ ਸੰਗਤ ਜੀ, ਉਹ ਸਤਿਗੁਰੂ ਕਲਗੀਧਰ ਦਸਮ ਪਾਤਸ਼ਾਹ ਦਾ ਅੱਜ ਜੋਤੀ ਜੋਤ ਸਮਾਉਣ ਦਾ ਗੁਰਪੁਰਬ ਹੈ। ਜਿਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ 42 ਸਾਲ ਦੀ ਉਮਰ ਵਿੱਚ ਬੜੇ ਬੜੇ ਸੱਚੇ ਪਾਤਸ਼ਾਹ ਜੀ ਨੂੰ ਉਪਕਾਰ ਕੀਤੇ, ਪਹਿਲਾਂ ਸਭ ਤੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਹਿੰਦ ਦੀ ਰੱਖਿਆ ਵਾਸਤੇ ਬੇਨਤੀ ਕੀਤੀ ਜੋ ਕਸ਼ਮੀਰੀ ਬ੍ਰਾਹਮਣ ਆਏ ਸਨ ਕਿ ਮਹਾਰਾਜ ਭਾਵੇਂ ਸਾਡੀ 9 ਸਾਲ ਦੀ ਅਵਸਥਾ ਹੈ ਪਰ ਜੇ ਆਪਦੀ ਕੁਰਬਾਨੀ ਕਰਕੇ ਹਿੰਦ ਧਰਮ ਬਚ ਜੇ ਤਾਂ ਆਪ ਸੀਸ ਦਿਓ ਜਾ ਕੇ। ਸੁਣ ਕੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ, ਅਸੀਂ ਤੁਹਾਨੂੰ ਪਰਖਦੇ ਹੀ ਸੀ, ਬੜਾ ਠੀਕ ਤੁਸੀਂ ਹੁਣ ਸਾਰਾ ਖਾਲਸੇ ਪੰਥ ਨੂੰ ਸਜਾਓਗੇ ਅਤੇ ਮੁਲਕ ਦੀ ਰੱਖਿਆ ਕਰੋਗੇ, ਲਓ ਸਿੱਖੀ ਦੀ ਬਾਗ ਡੋਰ ਤੁਹਾਨੂੰ ਅਸੀਂ ਬਣਾ ਪਚਾ ਹੁਣ ਸੰਭਾਲ ਕੇ ਆਪ ਜਾ ਕੇ ਸੀਸ ਦਿੰਦੇ ਹਾਂ। ਇਹ ਸਭ ਤੋਂ ਪਹਿਲਾਂ ਮਹਾਰਾਜ ਨੇ ਸਾਰੇ ਮੁਲਕ ਦੇ ਹਿੰਦ ਵਾਸੀਆਂ 'ਤੇ ਇਹ ਉਪਕਾਰ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ। ਫਿਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਜਿੰਨੇ ਸਿਆਣੇ ਪੰਡਿਤ ਵਿਦਵਾਨ ਸੀ, ਔਰੰਗਜ਼ੇਬ ਉਹਨਾਂ ਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਉਹ ਡਰਦੇ ਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਵਿੱਚ ਆ ਗਏ ਆਪਣੇ ਧਰਮ ਦੀ ਰੱਖਿਆ ਕਰਨ ਵਾਸਤੇ। ਉਹਨਾਂ ਦੀ ਸਤਿਗੁਰੂ ਸਾਹਿਬ ਜੀ ਪਾਲਣਾ ਕੀਤੀ ਸਾਧ ਸੰਗਤ ਜੀ, ਜਿਹਨਾਂ ਵਿੱਚੋਂ ਭਾਈ ਨੰਦ ਲਾਲ ਜੀ ਨੂੰ ਕੁਰਾਨ ਸ਼ਰੀਫ ਦੇ ਮਹਿਣਾ ਇੱਕ ਨਹੀਂ ਸੀ, ਇਹਦੇ 1400 ਅਲਮਾ ਵਿਦਵਾਨ ਨੂੰ ਆਉਂਦਾ। ਭਾਈ ਨੰਦ ਲਾਲ ਜੀ ਦੇ ਕਰ ਦੇਣ ਤੋਂ ਇਹਨੂੰ ਮੁਸਲਮਾਨ ਬਣਾਉਣਾ ਚਾਹਿਆ ਸੀ। ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਭੱਜ ਕੇ ਆ ਕੇ ਸ਼ਰਨ ਆ ਕੇ ਬਚੇ ਸੀ, ਹੋਰ ਕੋਈ ਉਪਾਅ ਨਹੀਂ ਦਿਸਦਾ। ਇਉਂ ਗੁਰੂ ਸਾਹਿਬ ਜੀ ਸਾਰਿਆਂ ਦੇ ਧਰਮ ਦੀ ਰੱਖਿਆ ਕਰਦੇ ਸਨ। ਇਸੇ ਪ੍ਰਕਾਰ ਸਾਧ ਸੰਗਤ ਜੀ ਹੋਰ ਬੜੇ ਬੜੇ ਵਿਦਵਾਨ ਸੇ ਪੰਡਿਤ ਸਨ, ਰਘੋ ਰਾਵ ਆਦਿਕ ਹੋਰ ਬਹੁਤ ਸਾਰੇ ਵਿਦਵਾਨ ਜਿਹੜੇ ਸਨ ਜਿਨ੍ਹਾਂ ਨੂੰ ਔਰੰਗਜ਼ੇਬ ਮੁਸਲਮਾਨ ਬਣਾਉਣਾ ਚਾਹੁੰਦਾ ਸੀ, ਸਾਰਿਆਂ ਨੂੰ ਗੁਰੂ ਮਹਾਰਾਜ ਸਾਹਿਬ ਦੀ ਸ਼ਰਨ ਆ ਕੇ ਰਹਿਣਾ ਪਿਆ। ਜਿਨ੍ਹਾਂ ਪੰਡਿਤਾਂ ਵਿੱਚੋਂ ਵਿਦਵਾਨਾਂ ਵਿੱਚੋਂ ਸਾਧ ਸੰਗਤ ਜੀ ਬੜੇ ਬੜੇ ਕਵੀ 52 ਕਵੀ ਗੁਰੂ ਸਾਹਿਬ ਦੀ ਹਜ਼ੂਰੀ 'ਚ ਆ ਕੇ ਰਹੇ, ਸਤਿਗੁਰਾਂ ਦਾ ਜਸ ਉਚਾਰਨ ਕੀਤਾ। ਗਰੀਬ ਨਵਾਜ ਨੇ ਉਹ ਜਿੰਨੇ ਸਾਰੇ ਸੰਸਕ੍ਰਿਤ ਦੇ ਅਰਬੀ ਫਾਰਸੀ ਦੇ ਪੁਸਤਕ ਸਨ ਸਾਰਿਆਂ ਦਾ ਉਲਥਾ ਦੇਸ਼ ਭਾਸ਼ਾ 'ਚ ਕਰਾਇਆ ਸੀ। ਉਹ ਜਦੋਂ ਸਰਸੇ ਦੇ ਉੱਤੇ ਸਾਧ ਸੰਗਤ ਜੰਗ ਹੋਇਆ, ਉਹ ਜੰਗ ਦੇ ਵਿੱਚੋਂ ਜਿਲਦ ਨਹੀਂ ਸੀ ਭੱਜੀ ਹੋਈ, ਵਿਦਿਆਧਰ ਜਿਸ ਗ੍ਰੰਥ ਦਾ ਨਾਮ ਸੀ ਉਹ ਸਾਰਾ ਉੱਥੇ ਖੇਰੂ ਖੇਰੂ ਹੋ ਗਿਆ ਸੀ। 12 ਪੱਤਰੇ ਭਾਈ ਸੰਤੋਖ ਸਿੰਘ ਨੂੰ 62 ਪੱਤਰੇ ਕਿਤੋਂ ਮਿਲੇ ਸਨ, ਜਿਹੜੇ ਉਹਨੇ 5ਵੇਂ ਵਿੱਚ ਕਵੀਆਂ ਦੇ ਕਵਿਤ ਮਹਾਰਾਜ ਦੇ ਜਸਦੇ ਲਿਖੇ ਹਨ ਸਾਧ ਸੰਗਤ ਜੀ। ਇਸ ਪ੍ਰਕਾਰ ਸਤਿਗੁਰੂ ਜੀ ਨੇ ਵਿਦਿਆ ਦਾ ਵੀ ਬੜਾ ਭਾਰੀ ਉਪਕਾਰ ਕੀਤਾ ਸੀ। ਉਹ ਸਤਿਗੁਰੂ ਚੋਜੀ ਪਾਤਸ਼ਾਹ ਨੇ ਸਾਰੇ ਮੁਲਕਾਂ ਦੇ ਮਤ ਮਤਾਂਤਰਾਂ ਨੂੰ ਵੇਖ ਵੇਖ ਕੇ, ਸਤਿਗੁਰੂ ਅੰਤਰਜਾਮੀ ਕੇਸ਼ਵ ਦਾਸ ਵਰਗੇ ਪੰਡਿਤ ਜਿਹੜੇ ਕਾਂਸੀ ਦੇ ਵਿੱਚੋਂ ਮਹਾਰਾਜ ਹਜ਼ੂਰੀ 'ਚ ਆਏ, ਕਹਿੰਦੇ ਅਸੀਂ ਦੇਵੀ ਸਿੱਧ ਕਰ ਸਕਦੇ ਹਾਂ। ਉਹਨਾਂ ਦੇ ਕਹਿਣ ਤੋਂ ਕਿ ਮਹਾਰਾਜ ਦੇਵੀ ਸਿੱਧ ਕਰਨੀ ਬੜੀ ਔਖੀ ਹੈ, ਹਜ਼ੂਰ ਨੇ 125,000 ਉਸ ਵਕਤ ਮਾਇਆ ਇਸ ਨੂੰ ਕੇਸ਼ਵ ਦਾਸ ਨੂੰ ਦਿੱਤੀ ਕਿ ਲੈ ਪ੍ਰਗਟ ਕਰਕੇ ਤੂੰ ਦਿਖਾ। ਕੇਸ਼ਵ ਦਾਸ ਨੇ ਕੀ ਪ੍ਰਗਟ ਕਰਨੀ ਸੀ, ਹਮਨ 13 ਮਹੀਨੇ ਕਰਦਾ ਕਰਾਉਂਦਾ ਰਿਹਾ। ਅਖੀਰ ਸਾਧ ਸੰਗਤ ਜੀ ਜਿਸ ਵਕਤ ਚੋਜੀ ਪਾਤਸ਼ਾਹ ਨੇ ਪਰਖਿਆ ਪੰਡਿਤ ਜੀ ਕੀ ਕਾਰਨ ਹੈ, ਉਸ ਵੇਲੇ ਪੰਡਿਤ ਜੀ ਕਹਿਣ ਲੱਗੇ ਜੀ ਦੇਵੀ ਅੱਜ ਕੱਲ੍ਹ ਹੁਣੇ ਪ੍ਰਗਟ ਹੋਣ ਵਾਲੀ ਹੈ, ਮੈਂ ਇਸ਼ਨਾਨ ਕਰਿਆ ਵਾਂ। ਇਸ਼ਨਾਨ ਦੇ ਬਹਾਨੇ ਉੱਥੋਂ ਪਹਾੜੀ ਤੋਂ ਉਤਰਿਆ ਆਇਆ। ਜਦੋਂ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ
ਉਹ ਸਾਰੀ ਹਵਨ ਦੀ ਸਮੱਗਰੀ ਸਾਰੀ ਛਿੜ ਦਿੱਤੀ। ਉਦੋਂ ਸਾਰਿਆਂ ਪਹਾੜਾਂ 'ਚ ਬੜੀ ਭਾਰੀ ਰੋਸ਼ਨੀ ਹੋਈ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜੋ ਅਕਾਲ ਪੁਰਖ ਹੀ ਰੱਖਿਆ ਹਮਨੇ, ਸਰਬਲੋਹ ਦੀ ਰੱਖਿਆ ਹਮਨੇ, ਸਰਬਕਾਲ ਜੀ ਰੱਖਿਆ ਹਮਨੇ, ਸਰਬਜੋਤ ਦੀ ਲੋਹ ਜੀ ਦੀ ਸਦਾ ਰੱਖਿਆ ਹਮਨੇ, ਉਹ ਜੋਤੀ ਸਰੂਪ ਦਿਵ ਰੂਪ ਗੁਰੂ ਕਰਗੀ ਧਰ ਮਹਾਰਾਜ ਸਾਹਿਬ ਜੀ ਨੇ ਸਖਿਆਤ ਕਰਕੇ ਅਕਾਲ ਪੁਰਖ ਦੀ ਆਗਿਆ ਪ੍ਰਾਪਤ ਕੀਤੀ, ਜਿਸਦੇ ਚਰਨਾਂ ਨੂੰ ਕਰੋੜਾਂ ਦੇਵੀਆਂ ਪੂਜਦੀਆਂ। ਭਾਈ ਨੰਦ ਲਾਲ ਜੀ ਨੇ ਕਿਹਾ ਸਦ ਹਜ਼ਾਰਾਂ ਰਾਮ ਕ੍ਰਿਸ਼ਨ, ਸਦ ਹਜ਼ਾਰਾਂ ਦੇਵੀਆਂ, ਸੈਂਕੜੇ ਹਜ਼ਾਰ ਰਾਮ ਚੰਦਰ ਅਤੇ ਕ੍ਰਿਸ਼ਨ ਆਦਿਕ ਅਤੇ ਸੈਂਕੜੇ ਹਜ਼ਾਰ ਦੇਵੀਆਂ ਚੰਡੀਆਂ ਆਦਿਕ ਜਿਸ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਚਰਨਾਂ ਨੂੰ ਕੇਸਾਂ ਨਾਲ ਝਾੜਦੀਆਂ, ਉਹ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਵਾਜ ਭਾਈ ਨੰਦ ਲਾਲ ਜੀ ਦੇਖਣ ਵਾਲੀ ਉਗਾਹੀ ਦੇਖਦੇ ਆਖਦੀ ਕਿ ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਚੋਜ ਕੀਤੇ ਸਨ, ਕੌਂਦਰ ਕੀਤੇ ਸਨ। ਉਸ ਵਕਤ ਸਿੱਖ ਵਕਤ ਦਾ ਸਿੱਖ ਹੈ ਜਿਹੜਾ ਉਗਾਹੀ ਦੇ ਰਿਹਾ। ਫਾਰਸੀ ਦੇ ਵਿੱਚ ਕਵਿਤਾ ਉਚਾਰ ਕੇ ਮਹਾਰਾਜ ਦਾ ਇਹਨਾਂ ਨੇ ਬੜੇ ਸੁੰਦਰ ਇੱਕ ਤਾਂ ਤਸ਼ੀਫ ਹੌਸਲਾ ਬਣਾਇਆ ਹੈ। ਇਸੇ ਪ੍ਰਕਾਰ ਸਾਧ ਸੰਗਤ ਜੀ ਗਜ਼ਲਾਂ ਬਣਾਈਆਂ ਹਨ ਭਾਈ ਨੰਦ ਲਾਲ ਨੇ, ਅੱਠ ਪੁਸਤਕਾਂ ਭਾਈ ਸਾਹਿਬ ਦੀਆਂ ਹਨ ਜਿਨ੍ਹਾਂ ਵਿੱਚੋਂ ਪੰਜ ਕੁ ਛਪੇ ਜਾਣੀਆਂ ਹੋਈਆਂ, ਬਾਕੀ ਅਜੇ ਗੁਪਤ ਹੈਗੀਆਂ। ਇਹ ਬੜੇ ਵਿਦਵਾਨ ਫਾਰਸੀ ਅਰਬੀ ਦੇ ਹੋਏ ਹਨ, ਉਹਨਾਂ ਨੂੰ ਜਿਵੇਂ ਜਿਵੇਂ ਮਹਾਰਾਜ ਦੇ ਕੌਂਦਕ ਦੇਖਿਆ ਕਰਦੇ ਉਸੇ ਪ੍ਰਕਾਰ ਲਿਖਿਆ ਕਰਦੇ। ਫਿਰ ਸਤਿਗੁਰੂ ਜੀ ਨੇ ਜਦੋਂ ਖਾਲਸਾ ਪੰਥ ਪੈਦਾ ਕੀਤਾ ਹੈ ਉਸ ਵੇਲੇ ਸ੍ਰੀ ਸਾਹਿਬ ਨਾਲ ਪੰਜਾਂ ਸਿੱਖਾਂ ਦੇ ਸਿਰਾਂ ਨੂੰ ਸੱਚੇ ਪਾਤਸ਼ਾਹ ਜੀ ਨੇ ਪਰਖ ਕੇ ਇਹਨਾਂ ਨੂੰ ਅੰਮ੍ਰਿਤ ਛਕਾ ਕੇ ਸੱਚੇ ਪਾਤਸ਼ਾਹ ਨੇ ਖਾਲਸਾ ਰੂਪ ਸਜਾਇਆ ਹੈ ਅਤੇ ਖਾਲਸੇ ਰੂਪ ਨੂੰ ਬਣਾ ਕੇ ਇਉਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਉਂ ਪੰਥ ਨੂੰ ਰਚ ਕੇ ਸੱਚੇ ਪਾਤਸ਼ਾਹ ਜੀ ਨੇ ਇਹ ਵਰ ਦਿੱਤਾ ਪੰਥ ਨੂੰ 1,25,000 ਸੇ ਇੱਕ ਲੜਾਊਂ ਤਵਾ ਗੋਬਿੰਦ ਸਿੰਘ ਨਾਮ ਕਹਾਉਂ। ਇਹ ਜੋ ਜੀ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਕੌਂਦਰ ਕੀਤੇ ਕਰਾਮਾਤ ਨੂੰ ਕਹਿਰ ਸਮਝਦੇ ਰਹੇ, ਸਰੀਰਕ ਬਲ ਦੇ ਨਾਲ ਸੱਚੇ ਪਾਤਸ਼ਾਹ ਕੌਂਦਰ ਕਰਦੇ ਰਹੇ ਹਨ। ਇਸ ਪ੍ਰਕਾਰ ਖਾਲਸਾ ਪੰਥ ਦੇ ਅੰਦਰ ਇੱਡਾ ਬਲ ਭਰਿਆ ਜਿਹੜੀ 11 ਸਦੀਆਂ ਦੀ ਹਕੂਮਤ ਸੀ, ਜਿਸ ਹਕੂਮਤ ਨੇ ਕੁੱਲ ਦੁਨੀਆ ਨੂੰ ਕਬਜ਼ੇ ਕਰ ਛੱਡਿਆ ਸੀ, ਜਿਹਨੂੰ ਚਾਹੁੰਦੇ ਸੀ ਮੁਸਲਮਾਨ ਬਣਾ ਲੈਂਦੇ ਸੀ, ਜਿਸ ਨੂੰ ਚਾਹੁੰਦੇ ਸਨ ਉਹਨਾਂ ਨੂੰ ਕਤਲ ਕਰ ਦਿੰਦੇ ਸਨ, ਸ਼ਰਮਤ ਵਰਗੇ ਫਕੀਰ ਕਰਕੇ ਕਤਲ ਕਰਕੇ ਵੀ ਨਹੀਂ ਸੀ ਰੱਜੇ। ਉਸ ਹਕੂਮਤ ਨੂੰ ਕਲਗੀਧਰ ਸੱਚੇ ਪਾਤਸ਼ਾਹ ਜੀ ਨੇ 35,000 ਸਿੰਘਾਂ ਦੇ ਮੁਕਾਬਲਾ ਕਰਾ ਕੇ ਉਸ ਹਕੂਮਤ ਜਿਹੜੀ ਜੜ ਸੀ ਖਾਰੇ ਸਮੁੰਦਰ 'ਚ ਪਾ ਦਿੱਤੀ ਸਾਧ ਸੰਗਤ ਜੀ। ਇਸ ਪ੍ਰਕਾਰ ਮੁਲਕ ਦੇ ਧਰਮ ਦਾ ਪ੍ਰਚਾਰ ਕੀਤਾ ਗੁਰੂ ਕਲਗੀਧਰ ਜੀ ਨੇ। ਇਹ ਬੜੇ ਭਾਰੀ ਉਪਕਾਰ ਕੀਤੇ ਸਤਿਗੁਰਾਂ ਨੇ, ਜਿਨ੍ਹਾਂ ਦਾ ਕੌਂਦਕ ਗੁਣ ਕਹੇ ਨਹੀਂ ਜਾ ਸਕਦੇ। ਫਿਰ ਆਪਣੀ ਸਰਬੰਸ ਕੁਰਬਾਨ ਕੀਤੀ ਚਾਰੇ ਸਾਹਿਬਜ਼ਾਦੇ ਬਾਰੇ। ਜਦੋਂ ਗੁਰੂ ਮਹਾਰਾਜ ਸਾਹਿਬ ਦਾਦੂ ਦੁਆਰੇ ਆਏ ਹੈ ਉਸ ਵੇਲੇ ਜੈਦ ਰਾਮ ਸਾਹਿਬ ਨੂੰ ਪੁੱਛਿਆ ਕਿ ਮਹਾਰਾਜ ਜੰਗਾਂ ਦਾ ਕੰਮ ਇਹੋ ਜਿਹਾ ਹੁੰਦਾ, ਵੇਖੋ ਸਾਹਿਬਜ਼ਾਦੇ ਸ਼ਹੀਦ ਹੋ ਗਏ। ਮਹਾਰਾਜ ਕਹਿ ਜੈਦ ਰਾਮ ਉਹਨੇ ਤਾਂ ਮਾਤਾ ਧਨ ਹੈ ਜਿਨ੍ਹਾਂ ਨੇ ਧਰਮ ਵਾਸਤੇ ਕੁਰਬਾਨੀ ਕੀਤੀ ਹੈ ਅਤੇ ਉਹਨਾਂ ਨੂੰ ਮਰੇ ਨਾ ਜਾਣੋ, ਉਹ ਸਦਾ ਜਿਉਂਦੇ ਹਨਗੇ। ਇਸ ਪ੍ਰਕਾਰ ਜਦੋਂ ਬਚਨ ਮਹਾਰਾਜ ਨੇ ਕਹੇ ਜੈਦ ਰਾਮ ਨੇ ਗੁਰੂ ਸਾਹਿਬ ਦੇ ਚਰਨ ਪਕੜ ਲਏ। ਇਸ ਪ੍ਰਕਾਰ ਸਾਧ ਸੰਗਤ ਜੀ ਮਹਾਰਾਜ ਜੀ ਨੇ ਕੌਂਦਰ ਕੀਤੇ, ਧਰਮ ਦੀ ਰੱਖਿਆ ਕੀਤੀ, ਮੁਲਕ ਦੀ ਰੱਖਿਆ ਕੀਤੀ, ਕੁਰਬਾਨੀ ਦੇ ਕੇ ਆਪਣੇ ਪਰਿਵਾਰ ਨੂੰ ਵਾਰ ਕਰਕੇ ਸੱਚੇ ਪਾਤਸ਼ਾਹ ਨੇ ਧਰਮ ਦੀ ਰੱਖਿਆ ਕੀਤੀ, ਮਾਤਾ ਪਿਤਾ ਸਾਹਿਬਜ਼ਾਦੇ ਵਾਰ ਨਾ ਕੀਤੇ, ਲੱਖਾਂ ਸਿੰਘਾਂ ਨੂੰ ਸ਼ਹੀਦ ਕਰਕੇ ਮੁਲਕ ਦੀ ਰੱਖਿਆ ਕੀਤੀ, ਕਰਾਮਾਤ ਨੂੰ ਕਹਿਰ ਕਹਿੰਦੇ ਰਹੇ। ਇਸ ਪ੍ਰਕਾਰ ਸਹਿਜ ਹੁਣਾਂ ਵਰਗੇ ਮਹਾਰਾਜ ਦੇ ਜਰਨੈਲ ਜਿਹੜੇ 1,25,000 ਦੇ ਔਰੰਗਜ਼ੇਬ ਦੇ ਭੇਜੇ ਸੀ ਉਹ ਚਰਨਾਂ ਦੇ ਸਾਧਕ ਬਣ ਗਏ, ਤਲਵਾਰ ਛੱਡ ਕੇ ਗੁਰੂ ਸਾਹਿਬ ਦੇ ਮੁਰੀਦ ਬਣ ਗਏ। ਇਹੋ ਜਿਹੇ ਗੁਰੂ ਸਾਹਿਬ ਦੀ ਆਕਰਸ਼ਣ ਸ਼ਕਤੀ ਸੀ ਸਾਧ ਸੰਗਤ ਜੀ, ਜਿਵੇਂ ਚਾਹੁੰਦੇ ਸੱਚੇ ਪਾਤਸ਼ਾਹ ਕਰ ਲਿਆ ਕਰਦੇ। ਉਹ ਜੋਜੀ ਪਾਤਸ਼ਾਹ ਦੇ ਗੁਣ ਕਿਸੇ ਕਵੀ ਦੀ ਰਸਨਾ ਕੀ ਕਹਿ ਸਕਦੀ ਹੈ, ਬਿਆੰਤ ਗੁਣਾਂ ਦੇ ਮਾਲਕ ਸਤਿਗੁਰੂ ਜੋਜੀ ਪਾਤਸ਼ਾਹ ਜੀ ਨੇ। ਅੱਜ ਸਾਧ ਸੰਗਤ ਜੀ ਡੇਢ ਪੈਰ ਜੋ ਰਾਤ ਰਹਿੰਦੀ ਸੀ ਸਾਰੀ ਰਾਤ ਸਤਿਗੁਰਾਂ ਨੇ ਜਾਗਰਾ ਕੀਤਾ, ਡੇਢ ਪੈਰ ਰਾਤ ਰਹਿੰਦਿਆਂ ਸਤਿਗੁਰੂ ਸਾਹਿਬ ਜੀ ਨੇ ਸਾਰੇ ਪੰਥ ਦੇ ਤਾਂ ਬੁਲਾ ਕਰਕੇ 2,200 ਸਿੰਘ ਪੰਜਾਬ ਦਾ ਨਾਲ ਸਤਿਗੁਰਾਂ ਦੇ ਸੀ ਅਤੇ ਬਾਕੀ ਮਰਾਠੇ ਸਿੰਘ 5,000 ਉੱਥੋਂ ਸਿੰਘ ਸੱਜ ਗਏ ਸਨ। ਉਹ ਸਾਰਿਆਂ ਦਾ ਦੀਵਾਨ ਸਜਾ ਕੇ ਮਹਾਰਾਜ ਸਾਹਿਬ ਜੀ ਨੇ ਸੰਗਤ ਦੇ ਤਾਂ ਹੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦੇ ਕੇ ਵਚਨ ਕੀਤਾ, ਅਸੀਂ ਹੁਣ ਜੋਤੀ ਜੋ ਸਮਾਉਣਾ ਚਾਹੁੰਦੇ ਹਾਂ। ਜਿਸ ਵਕਤ ਸਿੰਘਾਂ ਨੂੰ ਕਿਹਾ, ਸਿੰਘ ਬਹੁਤ ਵਿਰਾਗ 'ਚ ਆ ਗਏ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ, ਜਿਸ ਪੀਰ 'ਚ ਸ਼ਕਤੀ ਸਿੱਧ ਸੀ, ਪੀਰ ਵਿੱਚ ਅਵਤਾਰ 'ਚ ਸ਼ਕਤੀ ਸੀ, ਉਹ ਸਾਰੇ 9 ਨਾਥ 84 ਸਿੱਧ ਗੋਰਖਨਾਥ ਸਮੇਤ ਸਾਰੇ ਦਰਸ਼ਨ ਕਰਨ ਵਾਸਤੇ ਆਏ। ਬ੍ਰਹਮਾ ਆਦਿਕ ਸ਼ਿਵਜੀ ਆਦਿਕ ਸਾਰੇ ਆਪਣੇ
ਸਵਾਰੀਆਂ ਤੇ ਚੜ੍ਹ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ। ਗੁਰੂ ਮਹਾਰਾਜ ਸਾਹਿਬ ਸੱਚਖੰਡ 'ਚ ਬੈਠੇ ਹਨ, ਜਿੱਥੇ ਵੱਡਾ ਨਿਸ਼ਾਨ ਲੱਗਾ ਹੋਇਆ ਹੈ, ਉੱਥੇ ਆਪ ਜੀ ਦਾ ਦੀਵਾਨ ਸਜਿਆ ਹੋਇਆ ਹੈ। ਸਭ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੇ ਰਹੇ ਹਨ ਸੱਚੇ ਪਾਤਸ਼ਾਹ। ਡੇਢ ਪੈਰ ਰਾਤ ਰਹਿੰਦੀ ਤੋਹਫੇ ਮਹਾਰਾਜ ਨੇ ਸਣੇ ਕੇ ਅਸੀਂ ਇਸ਼ਨਾਨ ਕਰ ਲਿਆ। ਸੜੇ ਕੇ ਅਸੀਂ ਇਸ਼ਨਾਨ ਕਰਕੇ ਸਾਰਿਆਂ ਸਿੰਘਾਂ ਨੂੰ ਕਿਹਾ ਕਿ ਭਾਈ ਸੋਗ ਨਹੀਂ ਕਰਨਾ, ਗੁਰਬਾਣੀ ਨੂੰ ਪੜ੍ਹਨਾ ਸੁਣਨਾ ਅਤੇ ਸ਼ਸਤਰਧਾਰੀ ਰਹਿਣਾ, ਸਿੰਘਾਂ ਨੇ ਜਥੇਬੰਦ ਰਹਿਣਾ। ਇਹ ਬਚਨ ਮਹਾਰਾਜ ਸਾਹਿਬ ਜੀ ਨੇ ਕਰਕੇ ਉਸ ਵਕਤ ਕਿਹਾ ਕਿ ਹੁਣ ਅਸੀਂ ਜੋਤੀ ਜੋਤ ਸੁਣਾਉਣਾ ਚਾਹੁੰਦੇ ਹਾਂ। ਆਪ ਕਲਗੀਧਰ ਜੀ ਨੇ ਆਪਣੇ ਹੱਥ ਵਿੱਚ ਸ੍ਰੀ ਸਾਹਿਬ ਪਕੜ ਕੇ ਅਰਦਾਸ ਕੀਤੀ, ਜਿਸ ਪ੍ਰਕਾਰ ਸੱਤ ਵਿੱਚ ਆਉਂਦਾ ਸਤਿਗੁਰੂ ਕੀ ਬੇਨਤੀ ਪਾਈ, ਹਰ ਪ੍ਰਭ ਸੁਣੀ ਅਰਦਾਸ ਜੀ ਹੋ, ਇਉਂ ਜੋਤੀ ਜੋਤ ਸਮਾਉਣ ਵੇਲੇ ਸਤਿਗੁਰੂ ਜੀ ਸਾਰੇ ਸਤਿਗੁਰੂ ਅਰਦਾਸ ਕਰਿਆ ਕਰਦੇ। ਅਰਦਾਸ ਕਰਕੇ ਸੱਚੇ ਪਾਤਸ਼ਾਹ ਰਾਜੀਆਂ ਸਿੰਘਾਂ ਨੂੰ ਆਗਿਆ ਕੀਤੀ ਕਿ ਰਾਜੀ ਸਿੰਘ ਸਾਡਾ ਇਹ ਪਿਛਾਕਾ ਹੁਣ ਇਹੋ ਹੀ ਸਰੀਰ ਨਾਲ ਰਹੇਗਾ, ਹੋਰ ਖਿਆਲ ਨਹੀਂ ਕਰਨਾ। ਮਹਾਰਾਜ ਨੇ ਕਿਹਾ ਪਛਾਣ, ਅਸੀਂ ਇਸ਼ਨਾਨ ਵੀ ਕਰ ਲਿਆ ਹੈ, ਸਭ ਬਸ ਵੀ ਪੈਰ ਲਏ ਹੈ, ਸਾਰੇ ਸ਼ਸਤਰ ਵੀ ਪੈਰ ਰਹੇ ਹਨ। ਸਿੰਘਾਂ ਨੂੰ ਕਿਹਾ ਤੁਸੀਂ ਕੀਰਤਨ ਕਰਦੇ ਨਾਲ ਨਾਲ ਸਾਡੇ ਚੱਲੋ। ਉੱਥੋਂ ਨਿਸ਼ਾਨ ਸਾਹਿਬ ਦੇ ਕੋਲੋਂ ਜਿਹੜਾ ਵੱਡਾ ਨਿਸ਼ਾਨ ਹੈ, ਉੱਥੋਂ ਮਹਾਰਾਜ ਸਾਹਿਬ ਜੀ ਇੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਦਿੱਤੀ ਹੈ ਤਖ਼ਤ 'ਤੇ, ਉਹਦੇ ਨਾਲ ਅੰਗੀਠਾ ਜੋ ਬਣਿਆ ਹੋਇਆ ਸੀ ਚੰਨਣ ਦਾ, ਉਸ ਕਨਾਤ ਲੱਗੀ ਸੀ ਜਿਹਦੇ ਉਦਾਲੇ, ਉੱਥੋਂ ਤੱਕ ਕੀਰਤਨ ਸਿੰਘ ਕਰਦੇ ਆਏ ਆ। ਉਹ ਜੀਵਨ ਪਦਵੀ ਪਾਈ ਚੀਤਾ ਉਮਰ ਪੁਰਖ ਵਧਾਤਾ ਸੰਤਨ ਕੀ ਸਰਨਾਈ, ਸਦ ਹਜ਼ੂਰ ਹਾਜ਼ਰ ਹੈ ਨਾਜ਼ਰ ਕਦੇ ਨਾ ਭਇਓ ਦਰਾਈ। ਇਹ ਕੀਰਤਨ ਕਰ ਰਹੇ ਹਨ ਅਤੇ ਗੁਰੂ ਸਾਹਿਬ ਨਾਲ ਨਾਲ ਸੰਗਤ ਦੇ ਆਉਂਦੇ ਹੈ। ਜਦੋਂ ਕੀਰਤਨ ਦਾ ਭੋਗ ਪਾਇਆ, ਉਸ ਵੇਲੇ ਸੰਗਤ ਨੂੰ ਕਿਹਾ ਮਹਾਰਾਜ ਇੱਥੇ ਕਨਾਤ ਤੋਂ ਬਾਹਰ ਸੰਗਤ ਟਿਕੋ, ਅਤੇ ਅਸੀਂ ਹੁਣ ਤਿਆਰਾ ਹੈ ਸਾਡਾ ਸੱਚਖੰਡ ਨੂੰ ਜਾਣਾ ਚਾਹੁੰਦੇ ਹਾਂ। ਇਹ ਬਚਨ ਕਹਿ ਕੇ ਸਾਧ ਸੰਗਤ ਜੀ ਗੁਰੂ ਮਹਾਰਾਜ ਸਾਹਿਬ ਜੀ ਸਾਰਿਆਂ ਸਿੰਘਾਂ ਨੂੰ ਦਰਸ਼ਨ ਦੇ ਰਹੇ ਹੈ। ਸਿੰਘ ਭੱਜ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਛੋਣਾ ਚਾਹੁੰਦੇ ਹੈ। ਮਹਾਰਾਜ ਦਾ ਆਕਾਰ ਦਿਸਦਾ ਹੈ ਪਰ ਚਰਨ ਨਹੀਂ ਪਕੜੇ ਜਾਂਦੇ। ਸਾਰੇ ਹੈਰਾਨ ਹਨ ਕਿ ਚਰਨਾਂ ਨੂੰ ਹੱਥ ਕਿਉਂ ਨਹੀਂ ਲੱਗਦਾ। ਮਹਾਰਾਜ ਸਾਹਿਬ ਨੇ ਕਿਹਾ ਖਾਲਸਾ ਜੀ, ਇਹ ਤਾਂ ਸਾਡਾ ਆਕਾਰ ਨਿਰਾਕਾਰ ਹੀ ਹੈ ਅਤੇ ਤੁਹਾਡੀ ਭਾਵਨਾ ਕਰਕੇ ਸਰਵਣ ਸਰੂਪ ਧਾਰ ਕੇ ਤੁਹਾਨੂੰ ਦਰਸ਼ਨ ਦਿੱਤੇ ਹੈ। ਖਾਲਸਾ ਪੰਥ ਪੈਦਾ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਨੂੰ ਗੁਰਦਾ ਬਖਸ਼ੀ ਹੈ ਅਤੇ ਪੰਥ ਦੇ ਤਾਣੀ ਹਮੇਸ਼ਾ ਲਈ ਧਰਮ ਦੇ ਰੱਖਿਆ ਕਰਨ ਵਾਸਤੇ ਪੈਦਾ ਕੀਤਾ ਹੈ ਅਤੇ ਸਦਾ ਵਾਸਤੇ ਖਾਲਸਾ ਜੀ ਮਿਲ ਕੇ ਰਹਿਣਾ, ਆਪੋ ਵਿੱਚ ਹੀ ਵੈਰ ਭਾਵ ਨਹੀਂ ਕਰਨਾ ਅਤੇ ਗੁਰੂ ਕਾ ਲੰਗਰ ਚਲਾਉਣਾ, ਗੁਰਬਾਣੀ ਨੂੰ ਪੜ੍ਹਨਾ, ਗੁਰੂ ਗ੍ਰੰਥ ਸਾਹਿਬ 'ਤੇ ਯਕੀਨ ਰੱਖਣਾ, ਇਹ ਸਾਡੀ ਸਿੱਖਿਆ ਚੇਤੇ ਰੱਖਿਓ। ਅਤੇ ਨਾਲ ਇਹ ਚੇਤੇ ਰੱਖਿਓ ਸਾਡਾ ਅੰਗੀਠੇ ਵਾਲੀ ਜਗ੍ਹਾ ਨਹੀਂ ਕਿਸੇ ਨੇ ਬਣਾਉਣੀ, ਇਹ ਜਗ੍ਹਾ ਨਹੀਂ ਉੱਥੇ ਬਣਾਉਣੀ, ਇਹ ਚੇਤੇ ਰੱਖੋ ਜਿਹੜਾ ਬਣਾਵੇਗਾ ਉਹਦੀ ਕੁੱਲ ਨਹੀਂ ਰਹੇਗੀ। ਐਡੇ ਸਤਿਗੁਰੂ ਲੋਕ ਆਪਣੇ ਸਰੀਰਾਂ ਦੀਆਂ ਹਾਲਤਾਂ ਵਾਸਤੇ ਅੰਤ ਵੇਲੇ ਦੀਆਂ ਜਗ੍ਹਾ ਲੋਕ ਬਣਾਉਣ 'ਤੇ ਕਿੰਨੇ ਯਤਨ ਕਰਦੇ ਹੈ ਪਰ ਗੁਰੂ ਮਹਾਰਾਜ ਸਾਹਿਬ ਨੂੰ ਅੰਤ ਜੋਤੀ ਜੋਤ ਸਮਾਉਣ ਵਾਲੇ ਥਾਂ ਬਣਾਉਣ ਦੀ ਵੀ ਇੱਛਾ ਨਹੀਂ। ਐਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨਿਰਲੇਪ ਹਨ, ਜਿਨ੍ਹਾਂ ਦੇ ਅੰਦਰ ਕੋਈ ਇੱਛਾ ਨਹੀਂ। ਇਹੋ ਹੀ ਗੱਲ ਹੋਈ ਸਾਧ ਸੰਗਤ ਜੀ, ਜਿਸ ਵਕਤ ਅੰਗਰੇਜ਼ ਆਏ ਹਨ ਉਸ ਵਕਤ ਅੰਗਰੇਜ਼ਾਂ ਨੇ ਮਹਾਰਾਜ ਰਣਜੀਤ ਸਿੰਘ ਨੂੰ ਕਿਹਾ ਕਿ ਅਸੀਂ ਉਹ ਗੁਰਦੁਆਰਾ ਬਣਾਉਣਾ ਹੈ। ਮਹਾਰਾਜ ਨੇ ਕਿਹਾ ਕੁਲਾਂ ਕਿਹੜੀਆਂ ਰਹਿੰਦੀਆਂ ਕਿਸੇ ਦੀਆਂ, ਤੁਹਾਥੋਂ ਮੈਂ ਕਿਉਂ ਸੇਵਾ ਕਰਾਵਾਂ। ਮੈਂ ਜਿੱਥੇ ਹੋਰ ਗੁਰਦੁਆਰਿਆਂ ਦੀ ਸੇਵਾ ਕੀਤੀ ਹੈ, ਮੈਂ ਹੀ ਗੁਰੂ ਸਾਹਿਬ ਦੇ ਸਥਾਨ ਦੀ ਸੇਵਾ ਕਰਾਂਗਾ, ਭਾਵੇਂ ਕੁਲ ਕਿਹੜੀ ਸਦਾ ਕਿਸੇ ਦੀ ਰਹਿਣੀ ਹੈ ਨਾ ਰਹੇ। ਮਹਾਰਾਜਾ ਰਣਜੀਤ ਸਿੰਘ ਸਾਧ ਸੰਗਤ ਜੀ, ਉਹ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਹੈ ਉੱਤੇ ਸੋਨੇ ਦੇ ਕਲਸ਼ ਲੱਗੇ ਹੋਏ ਹਨ ਅਤੇ ਅੰਦਰ ਹਰਿਮੰਦਰ ਸਾਹਿਬ ਨੂੰ ਸਾਧ ਸੰਗਤ ਜੀ ਸੋਨੇ ਨਾਲ ਲੱਗਾ ਹੋਇਆ ਹੈ। ਮਹਾਰਾਜ ਰਣਜੀਤ ਸਿੰਘ ਨੂੰ ਸੇਵਾ ਕਰਾਈ ਸੀ। ਉਹ ਸੇਵਾ ਕਰਾਉਣ ਤੋਂ ਬਾਅਦ ਮਹਾਰਾਜਾ ਦਰਸ਼ਨ ਕਰਨ ਆਇਆ ਹਜ਼ੂਰ ਸਾਹਿਬ ਦੇ, ਦਰਸ਼ਨ ਕਰਕੇ ਨਿਹਾਲ ਹੋਇਆ, ਪ੍ਰਸੰਨ ਹੋਇਆ। ਇਸ ਪ੍ਰਕਾਰ ਸਾਧ ਸੰਗਤ ਜੀ ਵੇਖੋ ਦੁਨੀਆਂ ਦੇ ਅੰਦਰ ਗੁਰੂ ਸਾਹਿਬ ਐਡੇ ਅਚਾਹ ਹਨ, ਕਹਿੰਦੇ ਸਾਡਾ ਅੰਤ ਵਾਲਾ ਥਾਂ ਵੀ ਨਾ ਕੋਈ ਬਣਾਓ। ਇਹ ਸਿੱਖ ਐਸੇ ਆ ਕਹਿੰਦੇ ਸਰਬੰਸ ਕਿਹੜਾ ਰਹਿਣੀ ਹੈ ਦੁਨੀਆਂ 'ਚ, ਸਰਬੰਸ ਆਪਣੀ ਮਾਰ ਕੇ ਵੀ ਗੁਰੂ ਸਾਹਿਬ ਦੇ ਯਾਦਗਾਰਾਂ ਨੂੰ ਕਾਇਮ ਰੱਖਦੇ ਹਨ। ਇਹ ਹੈ ਸਿੱਖਾਂ ਦਾ ਪਿਆਰ ਗੁਰੂ ਸਾਹਿਬ ਦੇ ਨਾਲ। ਸੋ ਸਾਧ ਸੰਗਤ ਜੀ, ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਉਸ ਵਕਤ ਕਨਾਤ ਦੇ ਬੂਹੇ 'ਚ ਸਾਰੀ ਸੰਗਤ ਨੂੰ ਕਿਹਾ ਇੱਥੇ ਬੈਠ ਕੇ ਕੀਰਤਨ ਕਰੋ। ਆਪ ਮਹਾਰਾਜ ਚੰਨਣ ਦੀ ਚਿਖਾ ਜਿਹੜੀ ਬਣੀ ਸੀ, ਸੌ ਮਣ ਚੰਨਣ ਦੀ ਚਿਖਾ ਸੀ, ਉਹਦੇ 'ਤੇ ਵੀਰ ਆਸਣ ਹੋ ਕੇ ਬੈਠ ਕੇ ਸ਼ਸਤਰ ਪਹਿਰੇ ਹੋਏ ਨੇ ਸਤਿਗੁਰੂ ਜੀ ਦੇ। ਉਸ ਵਕਤ ਸਾਧ ਸੰਗਤ ਜੀ ਅਗਨੀ ਕਿਵੇਂ ਲੱਗ ਸਕਦੀ ਸੀ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਗਿੱਠੇ ਨੂੰ? ਸੰਗਤ ਨੂੰ ਆਗਿਆ ਹੋਈ ਉਸ ਵੇਲੇ
ਸੰਗਤ ਕੋਈ ਅਗੀਠੇ ਨੂੰ ਸਾਧ ਸੰਗਤ ਜੀ ਅਗਨੀ ਲਾਉਣ ਦੀ ਸਮਰੱਥਾ ਨਹੀਂ ਸੀ ਕਿਸੇ ਨੂੰ। ਉਸ ਵੇਲੇ ਸਾਧ ਸੰਗਤ ਜੀ ਫਿਰ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਭਾਈ ਸੰਤੋਖ ਸਿੰਘ ਨੇ ਅੰਗੀਠਾ ਲਾਏ ਨੂੰ ਅਗਨੀ ਲਾਈ। ਅਗਨੀ ਲਾਗੀ ਤੋਂ ਸਾਧ ਸੰਗਤ ਜੀ ਉਹ ਸਾਰੀ ਜਿਹੜੀ ਅੱਗ ਸੀ ਉਹ ਚਿਖਾ ਸੜ ਕੇ ਸਵਾਹ ਹੋ ਗਈ ਅਤੇ ਮਹਾਰਾਜ ਇੱਕ ਵੀ ਰੋਮ ਨੂੰ ਸੇਕ ਨਹੀਂ ਲੱਗਾ। ਉਸੇ ਤਰ੍ਹਾਂ ਬੈਠੇ ਰਹੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਜੇ ਪਾਤਸ਼ਾਹ। ਉਸ ਵਕਤ ਸਾਧ ਸੰਗਤ ਜੀ ਹੁਕਮ ਕੀਤਾ ਕਿ ਭਾਈ ਸੰਤੋਖ ਸਿੰਘ ਜੀ ਇੱਥੇ ਰਹੇ, ਬਾਕੀ ਦੇ ਸੰਗਤ ਆਪੋ ਆਪਣੇ ਦੇਸ਼ਾਂ ਨੂੰ ਚਲੇ ਜਾਓ ਅਤੇ ਧਰਮ ਦਾ ਪ੍ਰਚਾਰ ਕਰੋ, ਧਰਮ ਦਾ ਯੁੱਧ ਕਰੋ, ਮੁਲਕ ਦੇ ਅੰਦਰ ਗਰੀਬਾਂ ਦੀ ਰੱਖਿਆ ਕਰੋ। ਇਹ ਵਚਨ ਕੀਤੇ, ਇੱਥੇ ਲੰਗਰ ਚੱਲੇ ਹਮੇਸ਼ਾ, ਜਗ੍ਹਾ ਨਾ ਬਣੇ। ਇਹ ਵਚਨ ਕਰਕੇ ਗੁਰੂ ਮਹਾਰਾਜ ਸਾਹਿਬ ਸਾਧ ਸੰਗਤ ਜੀ ਉਸ ਵਕਤ ਗਰੀਬ ਨਿਵਾਸ ਜੀ ਨੇ ਆਪਣੀ ਯੋਗ ਸ਼ਕਤੀ ਦੇ ਨਾਲ ਅਗਨੀ ਦਸਵੇਂ ਦੁਆਰ ਵਿੱਚੋਂ ਕੱਢੀ। ਉਸ ਅਗਨੀ ਦੇ ਨਾਲ ਚਿਖਾ ਜਿਹੜੀ ਸੀ ਸਾਧ ਸੰਗਤ ਜੀ ਲੱਟ ਲੱਟ ਕਰਕੇ ਮੱਚਣ ਲੱਗ ਗਈ ਅਤੇ ਆਪ ਜੋ ਜੀ ਪਾਤਸ਼ਾਹ ਆਕਾਸ਼ ਦੇ ਮਾਰਗ ਪੰਜ ਘੋੜਿਆਂ ਨੂੰ ਮਹਾਰਾਜ ਸਾਹਿਬ ਨੇ ਕਿਹਾ ਸੀ ਉਹਨਾਂ ਨੂੰ ਭਾਈ ਸਾਰਿਆਂ 'ਤੇ ਕਾਠੀਆਂ ਪਾ ਦੇ। ਉਹ ਪੰਜਾਂ ਘੋੜਿਆਂ 'ਤੇ ਤਵੇਲੇ 'ਚ ਕਾਠੀਆਂ ਪਾ ਖੜ੍ਹੇ ਕੀਤੇ ਸੀ। ਇਹ ਘੋੜਾ ਵੀ ਜਿਹਦੇ 'ਤੇ ਗੁਰੂ ਸਾਹਿਬ ਜੀ ਖਾਸ ਸਵਾਰੀ ਦਾ ਖਿਆਲ ਰੱਖਦੇ ਸੀ, ਉਹ ਕਮੈਦ ਘੋੜਾ ਸੀ ਜਿਹਦੇ ਘੋੜੇ ਦੇ ਅੰਦਰ ਕਾਲੇ ਰੰਗ ਦਾ ਭਾਅ ਪੈਂਦਾ ਸੀ, ਇਹੋ ਜਿਹਾ ਘੋੜੇ ਜਿਹੜਾ ਸੀ ਅਲੋਪ ਹੋ ਗਿਆ ਤਵੇਲੇ ਦੇ ਵਿੱਚੋਂ। ਅਤੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਬ੍ਰਹਮਾ ਆਦਿਕ ਜਿੰਨੇ ਸਾਰੇ ਗੁਰੂ ਸਾਹਿਬ ਨੂੰ ਧੱਕ ਰਹੇ ਆਕਾਸ਼ 'ਚ, ਵਿਵਾਣਾ ਦਾ ਚਾਨਣੀ ਚਾਨਣੀ ਪ੍ਰਕਾਸ਼ ਹੋ ਰਿਹਾ ਗੁਰੂ ਮਹਾਰਾਜ ਸਾਹਿਬ ਜੀ ਉਹਨਾਂ ਦੇ ਵਿੱਚ ਆਪ ਜਿਸ ਵਕਤ ਪੁੱਜੇ ਗਰੀਬ ਨਿਵਾਜ ਅਤੇ ਸਾਰਿਆਂ ਨੂੰ ਮਹਾਰਾਜ ਦਾ ਨਿਯਮ ਸੀ ਨਾ, ਸਾਰਿਆਂ ਨੂੰ ਗੁਰੂ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੂੰ ਸਾਰਿਆਂ ਦੀ ਫਤਿਹ ਪ੍ਰਵਾਨ ਕਰਕੇ ਬਵਾਣ ਦੇ ਉੱਤੇ ਚੜ੍ਹ ਕੇ ਜਿੱਥੋਂ ਜਿੱਥੋਂ ਤੱਕ ਇਹਦੀ ਗਮਤਾ ਸੀ ਉੱਥੋਂ ਉੱਥੇ ਤੱਕ ਸਾਰੇ ਪਹੁੰਚੇ। ਜਿੱਥੇ ਨਹੀਂ ਕਿ ਇਹਦੀ ਗਮਤਾ ਸੀ, ਅੱਜ ਉੱਚਾ ਤਾਂਗਾ ਦਰਬਾਰਾ ਬ੍ਰਹਮਾ ਬ੍ਰਹਮ ਲੋਕ ਤੱਕ ਰਿਹਾ, ਬਾਕੀ ਦੇ ਦੇਵਤੇ ਆਪੋ ਆਪਣੇ ਲੋਕਾਂ ਤੱਕ ਰਹੇ। ਫਿਰ ਮਹਾਰਾਜ ਸਾਦਾ ਸੁਤੰਤਰ ਜਿਹੜਾ ਵਿਵਾਣ ਸੀ ਉਹ ਸੱਚਖੰਡ ਵਿੱਚ ਜਾ ਰਿਹਾ। ਸੱਚਖੰਡ ਵਿੱਚ ਜਾ ਕੇ ਮਹਾਰਾਜ ਆਪਦੇ ਸਰਗੁਣ ਸਰੂਪ ਨੂੰ ਨਿਰਾਕਾਰ ਸਰੂਪ 'ਚ ਐਸੀ ਲੀਨਤਾ ਪਾਈ, ਜਿਉਂ ਜਗ ਮੈਂ ਜਲਾਇ ਖਟਾਨਾ ਤਿਉਂ ਜੋਤੀ ਸਿੰਘ ਜੋਤ ਸਮਾਨਾ। ਇਹ 1765 ਵਿਕਰਮੀ ਵਿੱਚ ਇਹ ਕਾਰਨ ਕੀਤਾ। ਇਉਂ ਜੋਤੀ ਜੋਤ ਮਹਾਰਾਜ ਸਾਹਿਬ ਕੱਤਕ ਸੁਦੀ ਪੰਚਮੀ ਨੂੰ ਵੀਰਵਾਰ ਦਿਨ ਸੀ, ਅੱਜ ਵੀ ਵੀਰਵਾਰ ਦਿਨ ਹੈ, ਇਸ ਦਿਨ ਗੁਰੂ ਮਹਾਰਾਜ ਸਾਹਿਬ ਜੀ ਜੋਤੀ ਜੋਤ ਸਮਾਏ ਸਨ। ਐਤਵਾਰ ਨੂੰ ਗੁਰੂ ਸਾਹਿਬ ਪ੍ਰਗਟ ਹੋਏ ਸਨ, ਪੋਸ ਦੀ ਸੱਤਵੀਂ ਤ੍ਰਿਸ਼ਟਾ ਖਾਦ ਐਤਵਾਰ ਪ੍ਰਗਟੇ ਗੋਬਿੰਦ ਸਿੰਘ ਪਟਣੇ ਨਗਰ ਮੈਂ। ਐਤਵਾਰ ਵਾਲੇ ਦਿਨ ਅਵਤਾਰ ਧਾਰਿਆ ਸੀ ਅਤੇ ਵੀਰਵਾਰ ਵਾਲੇ ਦਿਨ ਮਹਾਰਾਜ ਜੋਤੀ ਜੋਤ ਸਮਾਏ। ਇਸ ਪ੍ਰਕਾਰ ਸਾਧ ਸੰਗਤ ਜੀ, ਪਰ ਗੁਰੂ ਸਾਹਿਬ ਜਿਸ ਵਕਤ ਸਿੱਖਾਂ ਨੇ ਅੰਗੀਠਾ ਸਵੇਰੇ ਫੋਲਿਆ ਅਤੇ ਉਸ ਵਿੱਚੋਂ ਅਤੇ ਹਜ਼ੂਰ ਸਾਹਿਬ ਵਾਲੇ ਕਹਿੰਦੇ ਇੱਕ ਕਰਦ ਨਿਕਲੀ ਹੈ, ਛੋਟੀ ਕਰਦ ਜਿਹੜੀ ਸੀ ਉਸ ਤੋਂ ਬਗੈਰ ਅੰਗੀਠੇ 'ਚੋਂ ਕੋਈ ਸਰੀਰ ਦਾ ਚਿੰਨ੍ਹ ਨਹੀਂ ਦਿਸਿਆ। ਹੈਰਾਨ ਹੋ ਗਏ ਸਿੱਖ ਵਿਰਾਗ ਦੇ ਵਿੱਚ ਆ ਕੇ। ਇਸ ਪ੍ਰਕਾਰ ਸਾਧ ਸੰਗਤ ਜੀ, ਫਿਰ ਗੁਰੂ ਸਾਹਿਬ ਜੀ ਜਿੱਥੇ ਜਿੱਥੇ ਸਿੱਖ ਰਾਹ ਦੇ ਦਰਸ਼ਨ ਦਿੰਦੇ ਰਹੇ ਹੈ। ਇੱਕ ਸਾਧ ਪੰਜਾਬ 'ਚੋਂ ਦਰਸ਼ਨ ਕਰਨ ਆ ਰਿਹਾ ਸੀ, ਉਹਨੂੰ ਦਰਸ਼ਨ ਮਹਾਰਾਜ ਸਾਹਿਬ ਨੇ ਦਿੱਤੇ ਅਤੇ ਕਿਹਾ ਕਮੈਦ ਘੋੜਾ ਸਾਡੇ ਪਾਸ ਆ ਗਿਆ, ਸੰਗਤ ਕੋਈ ਸੰਸਾ ਨਾ ਕਰੇ। ਇਸੇ ਪ੍ਰਕਾਰ ਮਹਾਰਾਜ ਜੀ ਨੇ ਕੜਾ ਪ੍ਰਸ਼ਾਦ ਜਿਹੜਾ ਅਰਦਾਸ ਕੀਤਾ ਸਿੱਖਾਂ ਨੇ, ਉਹ ਕਟੋਰਾ ਉਹ ਸਾਧ ਨੂੰ ਦਿੱਤਾ, ਕਿਹਾ ਕਹਿ ਜੋ ਵੀ ਸਾਡੇ ਕੋਲ ਪ੍ਰਸ਼ਾਦ ਆ ਗਿਆ ਹੈ। ਇਸ ਪ੍ਰਕਾਰ ਕੌਤਕ ਕੀਤੇ। ਫਿਰ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਾਫੀ ਸਾਲਾਂ ਦੇ ਬਾਅਦ ਸਾਧ ਸੰਗਤ ਜੀ ਜਿਨਵਾਰੇ ਦੇ ਰਾਜੇ ਜਿਹੜੇ ਸਨ ਉਹਨਾਂ ਨੂੰ ਸਤਾਰੇ ਦੇ ਕਿਲੇ 'ਚ ਪਾਤਸ਼ਾਹ ਨੂੰ ਉਸੇ ਦਿਨ ਕੈਦ ਕਰ ਲਿਆ ਸੀ। ਉਹ ਇੱਕ ਸਿੱਖ ਸੁਖਮਨੀ ਸਾਹਿਬ ਦਾ ਪਾਠ ਕਰਦਾ ਸੀ ਜਿਹੜਾ ਡਿਊਟੀ 'ਤੇ ਸੀ ਸਿਪਾਹੀ, ਉਹਨੂੰ ਪੁੱਛਿਆ ਵੀ ਹੁਣ ਵੀ ਸਾਡੀ ਮਦਦ ਹੋ ਸਕਦੀ ਹੈ, ਤੂੰ ਬਾਣੀ ਪੜ੍ਹਨਾ, ਸਤਿਗੁਰ ਸਿੱਖ ਕੇ ਬੰਧਨ ਘੱਟ ਹੈ। ਕਹਿਣ ਲੱਗਾ ਹਾਂ ਗੁਰੂ ਸਾਹਿਬ ਹਾਜ਼ਰ ਨਾਜ਼ਰ। ਇਹਨਾਂ ਨੇ ਕਿਹਾ ਸਾਡੇ ਬੰਧਨ ਵੀ ਛੁਡਾਓ, ਲੋਹੇ ਦੀਆਂ ਬੇੜੀਆਂ ਪਈਆਂ ਹੋਈਆਂ। ਇਹਨੂੰ ਕਿਹਾ ਤੁਸੀਂ ਗੁਰੂ ਸਾਹਿਬ 'ਤੇ ਯਕੀਨ ਕਰੋ, ਮੈਂ ਅਰਦਾਸ ਕਰਦਾ। ਅਰਦਾਸ ਕਰਤੀ ਭਾਈ ਨੇ। ਇਹ ਜਨਵਾਰੇ ਦੇ ਰਾਜੇ ਸਨਗੇ, ਜਿਹੜਾ ਬਿਦਰਪੁਰੀ ਤੋਂ ਜਨਵਾਰਾ 3 ਕੁ ਮੀਲ 'ਤੇ ਆ, ਉੱਥੇ ਉਹ ਜਗ੍ਹਾ ਵੇਖੀ ਜਿੱਥੇ ਮਾਈ ਭਾਗੋ ਜੀ ਗੁਰੂ ਗ੍ਰੰਥ ਸਾਹਿਬ ਨੂੰ ਜਾ ਕੇ ਪ੍ਰਚਾਰ ਕਰਦੇ ਰਹੇ ਹੈ ਅਤੇ ਉੱਥੇ ਹੀ ਮਾਤਾ ਦੀ ਦੇਹ ਦਾ ਅੰਤ ਹੋਇਆ, ਜਿਹੜੀ ਮਾਈ ਭਾਗੋ 40ਵੇਂ ਮੁਕਤਿਆਂ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਗਈ ਸੀ। ਉਦੋਂ ਬਾਅਦ ਮਹਾਰਾਜ ਦੇ ਨਾਲ ਹੀ ਉਹ ਹਜ਼ੂਰ ਸਾਹਿਬ ਗਈ ਸੀ ਅਤੇ ਮਹਾਰਾਜ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਉਹ ਬਿਦਰਪੁਰੀ ਤੋਂ ਅੱਗੇ ਜਨਵਾਰਾ ਜਿਹੜਾ ਪਿੰਡ ਹੈ, ਇਹਨਾਂ ਰਾਜਿਆਂ ਦਾ ਪਿੰਡ ਸੀ, ਉਸ ਥਾਂ ਜਾ ਕੇ ਮਾਈ
ਸਿੱਖੀ ਦਾ ਪ੍ਰਚਾਰ ਕਰਦੀ ਰਹੀ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਉਸ ਜਨਵਾਰੇ ਵਾਲੇ ਜਿਹੜੇ ਰਾਜੇ ਸੀ ਸਤਾਰੇ ਦੇ ਕਿਲ੍ਹੇ 'ਚ ਕਿਸੇ ਦੋਸ਼ ਕਰਕੇ ਕੈਦ ਸੀ, ਇਹਨਾਂ ਨੂੰ ਜਦੋਂ 35 ਦਿਨ ਹੋ ਗਏ ਵਾਹਿਗੁਰੂ ਮੰਤਰ ਦਾ ਜਾਪ ਕਰਦੇ ਹਾਂ, ਅੱਧੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਘੋੜੇ 'ਤੇ ਸਵਾਰ ਆ ਗਏ ਆਕਾਸ਼ ਦੇ ਮਾਰਗ 'ਚ, ਹਵਾਈ ਜਹਾਜ਼ ਉੱਤਰਦਾ ਇਉਂ ਆਏ। ਆ ਕੇ ਮਹਾਰਾਜ ਕਹਿੰਦੇ ਆਵਾਜ਼ ਸੁਣ ਕੇ ਬਾਲੇ ਰਾਜ ਜਾਗਦਾ ਸੀ, ਕਹਿਣ ਲੱਗਾ ਮਹਾਰਾਜ ਕੌਣ ਹੈ? ਕਹਿੰਦੇ ਜਿਹਨਾਂ ਨੂੰ ਰਾਹ ਦੇ ਉਹ ਆ ਗਏ ਹੈ। ਉਸ ਵੇਲੇ ਕਿਹਾ ਮਹਾਰਾਜ ਮੇਰਾ ਭਰਾ ਸੁੱਤਾ ਪਿਆ। ਮਹਾਰਾਜ ਕਹਿੰਦੇ ਨੂੰ ਜਗਾ ਲਾ ਰੁਸਤਮ ਰਾਜ ਨੂੰ, ਜਗਾ ਲਿਆ। ਕਹਿਣ ਲੱਗੇ ਸੱਚੇ ਪਾਤਸ਼ਾਹ ਸਾਡੇ ਬੇੜੀਆਂ ਪਈਆਂ ਹੋਈਆਂ। ਮਹਾਰਾਜ ਕਹਿੰਦੇ ਵਾਹਿਗੁਰੂ ਮੰਤਰ ਕਹੋ। ਸਤਿਗੁਰਾਂ ਦੇ ਮੂੰਹੋਂ ਉਚਾਰਨ ਤੋਂ ਬੇੜੀਆਂ ਦੋਹਾਂ ਦੀਆਂ ਕੱਟੀਆਂ ਗਈਆਂ। ਹਜ਼ੂਰ ਨੇ ਕਿਹਾ ਸਾਡੇ ਘੋੜੇ ਦੀਆਂ ਇਹ ਰਕਾਬਾਂ ਚਰਨਾਂ ਸਮੇਤ ਪਕੜ ਲਓ। ਇਉਂ ਕਹਿ ਕੇ ਮਹਾਰਾਜ ਨੇ ਕਿਹਾ ਉੱਥੋਂ ਸਤਾਰੇ ਕਿਲ੍ਹੇ ਵਾਲਿਆਂ ਨੂੰ, ਫੌਜੀਆਂ ਨੂੰ ਕਿ ਬਈ ਅਸੀਂ ਆ ਗਏ ਇਹਨਾਂ ਦੀ ਰੱਖਿਆ ਕਰਨ ਵਾਲੇ, ਜੇ ਤੁਹਾਡੇ 'ਚ ਬਲ ਹੈ ਤਾਂ ਰੱਖ ਲਓ। ਉਦੋਂ ਉਹਨਾਂ ਤੋਪਾਂ ਬੀੜੀਆਂ ਸਲਕਾਂ ਕੀਤੀਆਂ, ਪਰ ਮਹਾਰਾਜ ਦੇ ਕੀ ਵੱਜਣੀ ਸੀ ਕਿਸੇ ਦੀ। ਉਸੇ ਵੇਲੇ ਮਹਾਰਾਜ ਆਕਾਸ਼ ਦੇ ਰਸਤੇ ਇਹਨਾਂ ਰਾਜਿਆਂ ਨੂੰ ਲਿਜਾ ਕੇ ਵਿੰਧਿਆਚਲ ਪਰਬਤ ਦੇ ਕਿਨਾਰੇ 'ਤੇ ਲਿਜਾ ਕੇ, ਜਿੱਥੇ ਬਾਬਾ ਨਿਹਾਲ ਸਿੰਘ ਜੀ ਕਹਿੰਦੇ ਹੈ ਕਿ ਮੈਂ ਉਹ ਅਸਥਾਨ ਗੁਰੂ ਸਾਹਿਬ ਦੀ ਯਾਦਗਾਰ ਕਾਇਮ ਕੀਤੀ ਹੈ, ਉਹ ਮਨਵਾਲ ਮਹੱਲੇ ਪਾਸੇ ਗੁਰਦੁਆਰਾ ਉਹਨਾਂ ਨੇ ਕਾਇਮ ਕੀਤਾ, ਉੱਥੇ ਜਾ ਕੇ ਮਹਾਰਾਜ ਸਾਹਿਬ ਜੀ ਨੇ ਉਤਾਰਤੇ ਕਿ ਜੋ ਤੁਹਾਡੇ ਅੰਦਰ ਇੱਛਾ ਹੋਵੇ ਤੁਸੀਂ ਹਜ਼ੂਰ ਸਾਹਿਬ ਜਾ ਕੇ ਆਪਣੀ ਕਾਮਨਾ ਪੂਰੀ ਕਰ ਲਿਓ, ਅਤੇ ਉੱਥੇ ਜਾ ਕਹਿਓ ਇਸ ਸਰੂਪ ਵੇਖਣ ਦਾ ਹੱਥ ਨਹੀਂ ਕਰਨਾ, ਗੁਰੂ ਗ੍ਰੰਥ ਸਾਹਿਬ 'ਤੇ ਯਕੀਨ ਰੱਖਣਾ, ਪੰਜਾਂ ਸਿੰਘਾਂ ਨੂੰ ਸਾਡਾ ਰੂਪ ਸਮਝ ਕੇ ਪਿਆਰ ਕਰਨਾ। ਇਹ ਬਚਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੇ ਉਹਨਾਂ ਰਾਜਿਆਂ ਨੂੰ। ਰਾਜਿਆਂ ਨੇ ਆ ਕੇ ਹਜ਼ੂਰ ਸਾਹਿਬ ਆਪਣੀ ਸੁੱਖਣਾ ਪੂਰੀ ਕੀਤੀ, ਲੰਗਰ ਦੀ ਸੇਵਾ ਕੀਤੀ। ਇਸ ਪ੍ਰਕਾਰ ਸਾਧ ਸੰਗਤ ਜੀ ਬੇਅੰਤੀ ਚਾਣਸ ਹੋਏ ਹੈ, ਹੋਰ ਬੇਅੰਤ ਸਿੱਖਾਂ ਨੂੰ ਇਵੇਂ ਦਰਸ਼ਨ ਦਿੰਦੇ ਹੈ। ਇਹ ਉਹ ਸੰਗਤਾਂ ਨੇ ਸਮਝ ਲਿਆ ਕਿ ਗੁਰੂ ਸਾਹਿਬ ਭਾਵੇਂ ਆਪਦੇ ਸੱਚਖੰਡ 'ਚ ਗਮਨ ਕਰ ਗਏ ਹੈ, ਪਰ ਹਾਜ਼ਰ ਨਾਜ਼ਰ ਹੈ, ਜਿੱਥੇ ਕੋਈ ਚੇਤੇ ਕਰਦਾ ਗੁਰ ਮੇਰੇ ਸੰਗ ਸਦਾ ਹੈ ਨਾਲੇ, ਹਰ ਵਕਤ ਗੁਰੂ ਸਾਹਿਬ ਅੰਗ ਸੰਗ ਹੈ ਉਹਨਾਂ ਦਾ। ਅੱਜ ਸਾਧ ਸੰਗਤ ਜੀ ਇਹ ਜੋਤੀ ਜੋ ਸਮਾਉਣ ਦਾ ਗੁਰਪੁਰਬ ਸੰਗਤਾਂ ਨੂੰ ਮਨਾਇਆ ਹੈ, ਉਹ ਸਤਿਗੁਰੂ ਕਲਗੀ ਧਰ ਹੈ ਆਪਣੇ ਚਿੱਤ ਵਿੱਚ ਹਰ ਵਕਤ ਵਸਣ, ਇਹ ਅਰਦਾਸ ਕਰੀਏ ਆਪਦੀ ਸਿੱਖੀ ਮਹਾਰਾਜ ਸਾਨੂੰ ਬਖਸ਼ਣ, ਅਤੇ ਗੁਰਮੇਰੇ ਸੰਗ ਸਦਾ ਹੈ ਨਾਲੇ, ਇਹ ਸਾਨੂੰ ਮਹਾਰਾਜ ਆਪਣਾ ਭਰੋਸਾ ਬਖਸ਼ਣ, ਜਿਸ ਕਰਕੇ ਅਸੀਂ ਵੀ ਇਸ ਮਨੁੱਖਾਂ ਦੇ ਪਾਏ ਨੂੰ ਸਫਲਾ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਚ ਲੀਨ ਹੋ ਸਕੀਏ। ਇਹੋ ਹੀ ਅਰਜ਼ ਹੈ ਗੁਰੂ ਸਾਹਿਬ ਦੇ ਇਸ ਗੁਰਪੁਰਬ ਮਨਾਉਣ ਦੀ, ਕਿ ਸਾਨੂੰ ਮਹਾਰਾਜ ਸਾਹਿਬ ਆਪਦੀ ਸਿੱਖੀ ਬਖਸ਼ਣ, ਆਪਦਾ ਪ੍ਰੀਤ ਬਖਸ਼ਣ, ਸਾਨੂੰ ਆਪਣੀ ਲਿਵ ਬਖਸ਼ਣ, ਸਾਡੇ ਜੰਮਣ ਮਰਨ ਨੂੰ ਨੇੜ ਕੇ ਆਪਦੀ ਜੋਤ ਦੇ ਦਰਸ਼ਨ ਦੇ ਕੇ ਸਾਨੂੰ ਬਖਸ਼ ਲੈਣ। ਇਹੋ ਹੀ ਅਰਦਾਸ ਮਹਾਰਾਜ ਕੀ ਹੈ।